ਜਿਸ ਨੇ ਹੋਲਡ 'ਤੇ ਰੱਖਿਆ ਸੀ, ਪਰ ਮੈਂ ਅੱਜ ਪੂਰੀ ਕੋਸ਼ਿਸ਼ ਕਰਕੇ ਮਿੱਟੀ ਲੈ ਕੇ ਜਾਵਾਂਗਾ। ਯਾਰ ਬਹਿ ਗਿਆ ਨੈਣਾਂ ਦੇ ਬੂਹੇ ਆ ਕੇ। ਮੇਰਾ ਨਾਮ ਗੁਰਵਿੰਦਰ ਸਿੰਘ ਹੈ, ਮੈਂ 8ਵੀਂ ਜਮਾਤ ਵਿੱਚ ਪੜ੍ਹਦਾ ਹਾਂ। ਮੇਰਾ ਸ਼ੌਂਕ ਸਿੰਗਿੰਗ ਦਾ ਹੈ। ਇਸ ਸ਼ੌਂਕ ਨੂੰ ਪੂਰਾ ਕਰਨ ਲਈ ਮੇਰੀ ਮੰਮੀ ਸ਼ਹਿਰ ਜਲੰਧਰ ਕੰਮ ਕਰਨ ਜਾਂਦੇ ਹਨ। ਮੇਰੀ ਮੰਮੀ ਬਾਹਰ ਜਦੋਂ ਕੰਮ ਕਰਨ ਜਾਂਦੀ ਹੈ ਮੈਨੂੰ ਅੱਛਾ ਨਹੀਂ ਲੱਗਦਾ, ਅਤੇ ਮੈਂ ਵੱਡਾ ਹੋ ਕੇ ਆਪਣੀ ਮੰਮੀ ਦੇ ਦੁੱਖ ਦਰਦ ਦੂਰ ਕਰਨਾ ਚਾਹੁੰਦਾ ਹਾਂ। ਮੇਰੇ ਬੇਟੇ ਦਾ ਸੁਪਨਾ ਮੇਰਾ ਸੁਪਨਾ ਹੈ, ਮੈਂ ਉਹਦੇ ਵਾਸਤੇ ਕੁਛ ਵੀ ਕਰ ਸਕਦੀ ਹਾਂ। ਮੈਂ ਪਹਿਲਾਂ ਵੀ ਕੰਮ ਕਰਦੀ ਹਾਂ, ਹੋਰ ਕਰਾਂਗੀ, ਜਿੰਨਾ ਹੋ ਸਕਦਾ ਓਨਾ ਹੀ ਕਰਾਂਗੀ। ਮੈਂ ਚਾਹੁੰਦੀ ਕਿ ਗੌਰਵ ਅੱਗੇ ਵਧੇ, ਵੋਇਸ ਆਫ ਪੰਜਾਬ 'ਚ ਜਾਏ ਔਰ ਛੋਟਾ ਚੈਂਪ ਜਿੱਤ ਕੇ ਆਏ। ਛੋਟਾ ਚੈਂਪੀਅਨ ਦਾ ਵਿਨਰ ਮੈਂ ਹੀ ਬਣਾਂਗਾ ਅਤੇ ਆਪਣੀ ਮਾਂ ਦੇ ਸੁਪਨੇ ਪੂਰਾ ਕਰਾਂਗਾ। ਮਿੱਠਾ ਸ਼ਹਿਦ ਨਾਲੋ ਇਸ਼ਕੇ ਦਾ ਜਾਮ, ਮਿੱਠਾ ਸ਼ਹਿਦ ਨਾਲੋ ਇਸ਼ਕੇ ਦਾ ਜਾਮ, ਤੂੰ ਪੀਵੀ ਜਰਾ ਸੋਚ ਸੋਚ ਕੇ, ਸੋਚ ਸੋਚ ਕੇ ਪੀ ਕੇ ਜਾਮ ਕਈ ਹੋਏ ਬਦਨਾਮ, ਪੀ ਕੇ ਜਾਮ ਕਈ ਹੋਏ ਬਦਨਾਮ, ਤੂੰ ਪੀਵੀ ਜਰਾ ਸੋਚ ਸੋਚ ਕੇ, ਸੋਚ ਸੋਚ ਕੇ ਤੂੰ ਪੀਵੀ ਜਰਾ ਸੋਚ ਸੋਚ ਕੇ। ਰਮੀ ਇਸ਼ਕੇ ਤੋਂ ਬਚੀ ਕੇ ਦੀਵਾਨਿਆ, ਮਰ ਜਾਵੇਗਾ ਵੀ ਮੌਤ ਮਰ ਜਾਣਿਆ, ਪੈੜਾ ਇਸ ਦਾ ਬੜਾ ਅੰਜਾਮ, ਪੈੜਾ ਇਸ ਦਾ ਬੜਾ ਅੰਜਾਮ। ਤਿਆਰੀ ਕਰਕੇ ਆਇਆ ਰਾਤੋਂ ਰਾਤ? ਦੇਖ ਨਹੀਂ, ਪਹਿਲਾਂ ਇਹ ਦੱਸ ਵੀ ਤੂੰ ਗਲੇ ਲਈ ਕੀਤਾ ਕੀ ਆਇਆ ਰਾਤੋਂ ਰਾਤ, ਠੀਕ ਹੋ ਗਿਆ? ਸਾਨੂੰ ਵੀ ਕੋਈ ਕਸਬ ਦੱਸ ਦੇ। ਹੈਂ, ਚਲ ਉੱਧਰ ਮਿਲਦਾ।